लोक इंसाफ पार्टी के मुखी सिमरजीत सिंह बैंस ने एक पत्रकार वार्ता दौरान इस गल का अफसोस जाहिर किया कि पिछले कुछ दिनों तो कैप्टन अमरिंदर सिंह ते सुखबीर बादल दरमियान एस वाई एल मुद्दे ते चल रही ट्विटर बार विच दोनों तिराही रंगियां हुई ने। इस दी असलियत बारे सिमरजीत सिंह बैंस का की कहना है, आओ सुनते हाँ उन्होंने ही जुबानी। बड़ी अफसोस की गल है कि ट्विटर बार चल रही है कैप्टन अमरिंदर सिंह मुख्यमंत्री पंजाब ते सुखबीर बादल विशा एस वाई एल के उत्ते एक दूसरे को ताने ते मिणे दिते जा रहे हैं। वो कहिंदा वी तुसी टक लवाउण गए सी सोने की तकारी ते कई लैके, तो कह रहे भी तेरे बाप ने करोड़ रुपये का चैक लिया सी। असलीयत की हैगी है कि इस हमाम दे विच इह दोनों धिरां रंगियां है, जिथे कांग्रेस नैशनल पार्टी आ, नैशनल पार्टी होने करके कैप्टन अमरिंदर सिंह की जरूरत नहीं हैगी भी वह पंजाब के पानिया की राखी करते, उसका टर्मीनेशन ऑफ वाटर एग्रीमेंट लिया आ, तो कांग्रेस ही उन्हों पानिया का राखा कह लगे। असल दे विच टर्मीनेशन ऑफ वाटर एग्रीमेंट्स एग्रीमेंट्स कि धारा के थले हुए, उस धारा रद्द करना बनता सी 2004 के जदों टर्मीनेशन ऑफ वाटर एग्रीमेंट कैप्टन अमरिंदर सिंह लैके आए पानिया का समझौता तोड़ू एक्ट। ਜਿਹੜੇ ਸਮਝੌਤੇ ਤੋੜੇ ਗਏ ਉਹ ਸਮਝੌਤੇ ਕਿਹੜੇ ਐਕਟ ਦੇ ਥੱਲੇ ਹੋਏ ਸਨ? ਉਹ ਐਕਟ ਸੀਗਾ 1966 ਦੇ ਪੁਨਰਗਠਨ ਐਕਟ ਦੀ ਧਾਰਾ 78। ਉਹ ਐਕਟ ਸੀਗਾ ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ। ਰਾਜੀਵ ਲੌਂਗੋਵਾਲ ਸਮਝੌਤਾ ਹੋ ਗਿਆ ਪਰ ਪੰਜਾਬ ਦਾ ਪਾਣੀ, ਕਿਉਂਕਿ ਅੰਤਰਰਾਜੀ ਦਰਿਆ ਨਹੀਂ ਪੰਜਾਬ ਦੇ, ਹਰਿਆਣੇ ਅਤੇ ਦਿੱਲੀ ਦੇ ਨਾਲ फैसला होया हरियाणा दे पंजाब दा। राजीव लौंगोवाल समझौते तहत पंजाब दा पानी हरियाणा नूं देण वास्ते 1956 दे इंटर स्टेट रिवर वाटर डिस्प्यूट एक्ट दे विच 14वीं धारा होर जोड़ी। समझौता तोड़ू एक्ट 2004 जदों कैप्टन अमरिंदर सिंह लैके आए, इस समझौते जिहड़े संविधानक धारा दे थले होए उस धारा नूं गैर संविधानक तौर जिहड़ी पंजाब दा पानी लुट्टण लई बनाई गई सी ਉਹਨੂੰ ਪੰਜਾਬ ਵਿਧਾਨਸਭਾ ਰੱਦ ਕਰਦੀ ਅਤੇ ਮਸਲੇ ਸਾਰੇ ਖਤਮ ਹੋ ਗਏ ਸੀ। ਅੱਜ ਟਵਿੱਟਰ ਵਾਰ ਦੇ ਉੱਤੇ ਐਸ ਵਾਈ ਐਲ, ਦੋਸਤੋ ਬੜੀ ਹੈਰਾਨਗੀ ਦੀ ਗੱਲ ਹੈ, ਐਸ ਵਾਈ ਐਲ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਦਾ ਚਿਹਰਾ ਕਿਸੇ ਕੋਲੋਂ ਛੁਪਿਆ ਨਹੀਂ ਹੈਗਾ। ਸਭ ਨੂੰ ਪਤਾ ਵੀ ਬੀਬੀ ਇੰਦਰਾ ਗਾਂਧੀ ਟੱਕ ਲਾਉਣਾ ਹੈ, ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਦੂਜਾ ਤੀਜਾ ਸਭ ਕੁਛ ਲੋਕ ਜਾਣਦੇ ਆ। ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਉਹ ਕਹਿ ਰਿਹਾ ਕਰੋੜ, ਮੈਂ ਇਹਦੇ ਵਿੱਚ ਦੋ ਤਿੰਨ ਤੱਤ ਤੁਹਾਡੇ ਸਾਹਮਣੇ ਹੋਰ ਲੈ ਕੇ ਆਇਆ। ਕੈਪਟਨ ਅਮਰਿੰਦਰ ਸਿੰਘ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਐਸ ਵਾਈ ਐਲ ਵਾਸਤੇ ਜ਼ਮੀਨ ਅਕੁਆਇਰ ਕਰਦੇ ਆ 20 ਫਰਵਰੀ 1978 ਨੂੰ, ਨਹਿਰ ਵਾਸਤੇ ਜ਼ਮੀਨ ਅਕੁਆਇਰ ਕੀਤੀ ਪੰਜਾਬ ਲੈਂਡ ਐਕੁਜ਼ੀਸ਼ਨ ਐਕਟ ਦੀ ਦਫ਼ਾ 17। ਇਹ ਪੰਜਾਬ ਐਕੁਜ਼ੀਸ਼ਨ ਐਕਟ, ਪੰਜਾਬ ਲੈਂਡ ਐਕੁਜ਼ੀਸ਼ਨ ਐਕਟ ਦੀ ਦਫ਼ਾ ਜਿਹੜੀ 17 ਹੈਗੀ ਉਹ ਐਮਰਜੈਂਸੀ ਹਾਲਾਤਾਂ ਦੇ ਵਿੱਚ ਲਾਈ ਜਾਂਦੀ ਆ, ਆਪਾਤਕਾਲੀਨ ਹਾਲਾਤ ਹੋਣ। ਹੁਣ ਨਹਿਰ ਬਣਾਉਣੀ ਆ, ਉਹਦੇ ਵਾਸਤੇ ਜ਼ਮੀਨ ਅਕੁਆਇਰ ਕਰਨੀ ਆ, ਅਤੇ ਤੁਹਾਨੂੰ ਐਮਰਜੈਂਸੀ ਹਾਲਾਤ ਕਿਹੜੇ ਆ ਗਏ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ, ਅਤੇ ਇਸ ਐਮਰਜੈਂਸੀ ਹਾਲਾਤਾਂ ਦੇ ਵਿੱਚ ਅਕੁਆਇਰ ਕੀਤੀ ਜ਼ਮੀਨ ਘਰਾਂ ਦੇ ਵਿੱਚੋਂ ਸਮਾਨ ਖਾਲੀ ਕਰਨ ਲਈ, ਮਾਲ ਸਵਾਬ ਚੱਕਣ ਵਾਸਤੇ ਸਿਰਫ 48-48 ਘੰਟਿਆਂ ਦਾ ਸਮਾਂ। ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਗੱਲ ਦਾ ਜਵਾਬ ਦੇਣ, ਸਰਦਾਰ ਸੁਖਬੀਰ ਸਿੰਘ ਬਾਦਲ ਇਸ ਗੱਲ ਦਾ ਜਵਾਬ ਦੇਣ ਕਿ 1978 ਦੇ ਵਿੱਚ ਜਦੋਂ ਐਸ ਵਾਈ ਐਲ ਨਹਿਰ ਵਾਸਤੇ ਜ਼ਮੀਨ ਅਕੁਆਇਰ ਕੀਤੀ ਗਈ ਪੰਜਾਬ ਲੈਂਡ ਐਕੁਜ਼ੀਸ਼ਨ ਐਕਟ ਦੀ ਦਫ਼ਾ 17 ਦਾ ਉਪਯੋਗ ਕਿਉਂ ਕੀਤਾ ਗਿਆ, ਕਿਹੜੇ ਐਮਰਜੈਂਸੀ ਹਾਲਾਤ ਸਨ? ਅਤੇ ਉਸ ਤੋਂ ਬਾਅਦ ਦੇ ਵਿੱਚ ਧੜਾ ਧੜ ਤਿਆਰੀਆਂ ਸ਼ੁਰੂ ਕਰਤੀਆਂ ਉਦਘਾਟਨ ਦੀਆਂ, ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਉਸ ਵੇਲੇ ਉਦਘਾਟਨੀ ਸਮਾਰੋਹ 'ਚ ਨਾ ਜਾਣਾ। ਮੈਂ ਤੁਹਾਨੂੰ ਗੱਲ ਦੱਸਣ ਲੱਗਾ, ਜਿਹੜੀ ਕਰੋੜ ਰੁਪਈਆ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ, 23 ਅਪ੍ਰੈਲ 1982 ਨੂੰ ਵਾਈਟ ਪੇਪਰ ਜਾਰੀ ਹੋਇਆ, ਉਸ ਵਾਈਟ ਪੇਪਰ ਵਿੱਚ ਹਰਿਆਣਾ ਵਿਧਾਨ ਸਭਾ ਦੀ 10 ਮਾਰਚ 1978 ਦੀ ਰਿਕਾਰਡ ਦੇ ਉੱਤੇ ਜਿਹੜੀ ਕਾਰਵਾਈ ਆਈ ਉਹਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਹਰਿਆਣਾ ਦੀ ਵਿਧਾਨ ਸਭਾ 'ਚ ਕੀ ਬੋਲ ਰਹੇ ਆ, ਮੇਰੀ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੀ ਦੋਸਤੀ ਕੀ ਵਜ੍ਹਾ ਸੇ ਇਹ ਨਹਿਰ ਕੀ ਖੁਦਾਈ ਸ਼ੁਰੂ ਹੋਣੇ ਜਾ ਰਹੀ ਹੈ। ਅਫਸੋਸ ਇਸ ਗੱਲ ਦਾ ਕਿ ਅੱਜ ਇਹ ਦੋਨੋਂ ਪਾਰਟੀਆਂ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ, ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਟਵਿੱਟਰ ਵਾਰ ਕਰ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਜੀ, ਤੁਸੀਂ 2004 ਦੇ ਵਿੱਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਲੈ ਕੇ ਆਏ, ਪਰ
ਸਮਝੌਤਾ ਤੋੜੂ ਐਕਟ ਲਾਇਆ ਤੁਸੀਂ ਟਰਮੀਨੇਟ ਕਰਤੇ ਤੁਸੀਂ ਜਿੰਨੇ ਬਾਰਡਰ ਐਗਰੀਮੈਂਟਸ ਹੋਏ ਸੀ ਪਰ ਉਹ ਐਗਰੀਮੈਂਟ ਜਿਹੜੀ ਧਾਰਾ ਦੇ ਥੱਲੇ ਹੋਏ ਉਹ ਖੁਦ ਗੈਰ ਸੰਵਿਧਾਨਕ ਹੈ ਜੇ 1956 ਦੇ ਐਕਟ ਦੀ 14 ਧਾਰਾ ਦੀ ਗੱਲ ਕਰਦਾ ਤੇ ਉਹ 262 ਦਾ ਉਲੰਘਣ ਹੈ 262 ਦੇ ਵਿੱਚ ਇੰਟਰ ਸਟੇਟ ਵਾਟਰ ਡਿਸਪਿਊਟ ਸਿਰਫ ਅੰਤਰਰਾਜੀ ਦਰਿਆਵਾਂ ਦੇ ਝਗੜਿਆਂ ਦਾ ਹੱਲ ਕਰਨ ਵਾਸਤੇ ਕੇਂਦਰ ਕੋਲੇ ਅਧਿਕਾਰ ਹੈ ਅਫਸੋਸ ਹੈ ਕਿ ਰਾਵੀ ਤੇ ਬਿਆਸ ਸਾਡੇ ਅੰਤਰਰਾਜੀ ਨਹੀਂ ਹੈਗੇ ਰਾਵੀ ਤੇ ਬਿਆਸ ਨਰੋਲ ਪੰਜਾਬ ਦੇ ਆ ਉਹਨਾਂ ਦਾ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਨਾਲ ਕੋਈ ਲੈਣ ਦੇਣ ਨਹੀਂ ਗਾ ਹੁਣ ਜਿਹੜੀ ਟਵਿੱਟਰ ਵਾਰ ਹੈ ਟਵਿੱਟਰ ਵਾਰ ਕਰਨ ਵਾਲੇ ਦੋਨੋਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦਾ ਲੋਕ ਸਭਾ ਦੇ ਅੰਦਰ ਕੀ ਹਾਲ ਹੈ ਲੋਕ ਸਭਾ ਦੇ ਅੰਦਰ ਦੋ ਉਹ ਇੰਪੋਰਟੈਂਟ ਬਿੱਲ ਜਿਹੜੇ ਪੰਜਾਬ ਦੇ ਆਉਣ ਵਾਲੇ ਭਵਿੱਖ ਦੇ ਉੱਤੇ ਉਹਨਾਂ ਨੇ ਵਾਰ ਕਰਨਾ ਹੈ ਪੰਜਾਬ ਦੇ ਭਵਿੱਖ ਨੂੰ ਤਬਾਹ ਕਰਨਾ ਹੈ ਉਹ ਦੋ ਅਮੈਂਡਮੈਂਟ ਬਿੱਲ ਆਏ ਪੰਜਾਬ ਦੇ 13 ਦੇ 13 ਮੈਂਬਰ ਪਾਰਲੀਮੈਂਟ ਇਹਨਾਂ ਦੋਨੋਂ ਅਮੈਂਡਮੈਂਟ ਬਿੱਲਾਂ ਦੇ ਆਉਣ ਮੌਕੇ ਗੈਰ ਹਾਜ਼ਰ ਚਾਹੇ ਉਹ ਬੀਜੇਪੀ ਵਾਲੇ ਆ ਚਾਹੇ ਉਹ ਅਕਾਲੀ ਦਲ ਦੇ ਆ ਚਾਹੇ ਉਹ ਕਾਂਗਰਸ ਦੇ ਆ ਤੇ ਚਾਹੇ ਹੈਗੇ ਆ ਆਮ ਆਦਮੀ ਪਾਰਟੀ ਇਸ ਗੱਲ ਤੋਂ ਦੋਨਾਂ ਦੀ ਨਹੀਂ ਸਾਰੀਆਂ ਜਿਹੜੀਆਂ 13 ਦੇ 13 ਲੋਕ ਸਭਾ ਦੇ ਮੈਂਬਰ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਪਾਰਲੀਮੈਂਟ ਦੇ ਵਿੱਚ ਗਏ ਉਹਨਾਂ ਦੀ ਨੀਅਤ ਨੀਤੀ ਸਪਸ਼ਟ ਹੋ ਗਈ ਔਰ ਇਸ ਜਿਹੜਾ ਅਮੈਂਡਮੈਂਟ ਬਿੱਲ ਆਇਆ ਇਹ ਅਮੈਂਡਮੈਂਟ ਬਿੱਲ ਹੈਗਾ 1956 ਦਾ ਇੰਟਰ ਸਟੇਟ ਰਿਵਰ ਵਾਟਰ ਡਿਸਪਿਊਟ ਐਕਟ ਉਹਦੀ ਅਮੈਂਡਮੈਂਟ ਲੈ ਕੇ ਆਏ ਆ ਜਿਹੜਾ ਰਾਡੀ ਟ੍ਰਿਬਿਊਨਲ ਬਣਿਆ ਸੀ 1985 ਦੇ ਵਿੱਚ 30 ਸਾਲ ਦਾ ਅਰਸਾ ਲੰਘ ਗਿਆ ਪਰ ਉਹ ਰਾਵੀ ਤੇ ਬਿਆਸ ਪਾਣੀਆਂ ਨੂੰ ਵੰਡ ਨਹੀਂ ਸਕਿਆ ਰਾਡੀ ਵੀ ਚੱਲਦਾ ਹੋ ਗਿਆ ਕੰਮ ਇਸ ਦੁਨੀਆ ਤੋਂ ਔਰ ਇਹਦੇ ਵਿੱਚ ਜ਼ਿਕਰ ਕੀ ਕੀਤਾ ਦੇਖੋ ਦੇਸ਼ ਦੇ ਅੰਦਰ ਕਿੰਨੇ ਹੋਰ ਨਦੀਆਂ ਤੇ ਦਰਿਆ ਵਗਦੇ ਆ ਇਸ ਐਕਟ ਦੇ ਵਿੱਚ ਸਪੈਸ਼ਲ ਤੌਰ ਤੇ ਲੋਕ ਸਭਾ ਨੇ ਜਿਹੜਾ ਅਮੈਂਡਮੈਂਟ ਬਿੱਲ ਪਾਸ ਕੀਤਾ ਜਿਹਦੇ ਵਿੱਚ ਅਕਾਲੀ ਤੇ ਕਾਂਗਰਸੀ ਗੈਰ ਹਾਜ਼ਰ ਝਾੜੂ ਗੈਰ ਹਾਜ਼ਰ ਬੀਜੇਪੀ ਗੈਰ ਹਾਜ਼ਰ ਆ ਮੇਰੇ ਕੋਲ ਉਸ ਬਿੱਲ ਦੀ ਕਾਪੀ ਹੈ ਤੇ ਇਸ ਬਿੱਲ ਦੇ ਪੈਰਾ ਨੰਬਰ 12 ਦੇ ਅੰਦਰ ਰਾਵੀ ਤੇ ਬਿਆਸ ਦਰਿਆਵਾਂ ਦਾ ਜ਼ਿਕਰ ਕੀਤਾ ਗਿਆ ਮੈਂ ਦੱਸਣਾ ਚਾਹੁੰਦਾ ਇਹ ਗੱਲ ਕਿ ਰਾਵੀ ਤੇ ਬਿਆਸ ਸਾਡੇ ਇੰਟਰ ਸਟੇਟ ਰਿਵਰ ਨਹੀਂ ਸਾਡੇ ਅੰਤਰਰਾਜੀ ਦਰਿਆ ਨਹੀਂ ਉਹ ਨਰੋਲ ਪੰਜਾਬ ਦੇ ਦਰਿਆ ਨੇ ਉਹਨਾਂ ਦਾ ਹਰਿਆਣੇ ਦੇ ਨਾਲ ਦਿੱਲੀ ਦੇ ਨਾਲ ਰਾਜਸਥਾਨ ਦੇ ਨਾਲ ਰਾਵੀ ਤੇ ਬਿਆਸ ਐਂਡ ਸਤਲੁਜ ਦਾ ਦੂਰ ਦਾ ਵੀ ਵਾਹ ਵਾਸਤਾ ਨਹੀਂ ਮੈਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਮੈਨੂੰ ਜਿੰਨਾ ਨੂੰ ਟਾਈਮ ਮਿਲਿਆ ਪੁੱਛਿਆ ਮੈਂ ਆਪਣੇ ਵੱਲੋਂ ਇੱਕ ਪ੍ਰਾਈਵੇਟ ਪ੍ਰਸਤਾਵ ਸਪੀਕਰ ਸਾਹਿਬ ਨੂੰ ਡੈਰੀ ਕਰਾ ਗਿਆ ਵੀ ਅਸਲ ਮੁੱਦੇ ਦੀ ਗੱਲ ਤੇ ਆ ਜਾਓ ਜਿਹੜਾ ਤੁਸੀਂ ਲੋਕਾਂ ਨੂੰ ਮੂਰਖ ਬਣਾਉਣ ਲੱਗੇ ਨਾ ਪਾਣੀਆਂ ਦੇ ਉੱਤੇ ਲੋਕ ਇਨਸਾਫ਼ ਪਾਰਟੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਤੁਹਾਡਾ ਕਾਨੂੰਨ ਅਧਿਕਾਰ ਕੀ ਹੈ ਉਹ ਲੋਕ ਜਿਹੜੇ ਪਿਛੋਕੜ ਦੇ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਦੇ ਚੱਕਰਾਂ ਦੇ ਵਿੱਚ ਪੰਜਾਬ ਦੇ ਨਾਲ ਗਦਾਰੀ ਕਰਦੇ ਰਹੇ ਜਿਹੜੇ ਕਹਿੰਦੇ ਸੀ ਵੀ ਸਾਡਾ ਹੱਕ ਹਕੂਕ ਹੀ ਨਹੀਂ ਬਣਦਾ ਪਾਣੀ ਦੀ ਕੀਮਤ ਲੈਣਾ ਤੇ ਅਸੀਂ ਹਰਿਆਣੇ ਨੂੰ ਪਾਣੀ ਦੇ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਪਾਣੀ ਵੱਧ ਨਹੀਂ ਅਫਸੋਸ ਹੈ ਮੇਰਾ ਕੋਈ ਕਮਰਾ ਦੱਬ ਲਵੇ ਆ ਕੇ ਮੈਂ ਉਹਨੂੰ ਇਹ ਗੱਲ ਕਹਿ ਕੇ ਬਾਹਰ ਕੱਢਾਂ ਵੀ ਮੇਰੇ ਕੋਲ ਕਮਰੇ ਹੈ ਨਹੀਂ ਭਾਈ ਤੂੰ ਮੇਰੇ ਘਰ ਚੋਂ ਬਾਹਰ ਜਾ ਮੈਂ ਇਹ ਨਹੀਂ ਕਹਿੰਦਾ ਵੀ ਇਹ ਰਜਿਸਟਰੀ ਮੇਰੀ ਹੈ ਇੰਤਕਾਲ ਮੇਰੇ ਨਾਮ ਤੇ ਹੋਇਆ ਤੂੰ ਇੰਤਕਾਲ ਗਲਤ ਦਰਜ ਕਰਾ ਗਿਆ ਮੈਂ ਤੇਰਾ ਇੰਤਕਾਲ ਖਾਰਜ ਕਰਾਵਾਂ ਅਫਸੋਸ ਹੈ ਉਹ ਲੀਡਰ ਜਿਹੜੇ ਪਿਛੋਕੜ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਂਦੇ ਰਹੇ ਅੱਜ ਫਿਰ ਟਵਿੱਟਰ ਵਾਰ ਦੇ ਜ਼ਰੀਏ ਲੋਕਾਂ ਨੂੰ ਮੂਰਖ ਬਣਾਉਣ ਦੇ ਚੱਕਰਾਂ ਦੇ ਵਿੱਚ ਆ ਜਿਹੜੀ ਮੈਂ ਤੁਹਾਡੇ ਸਾਹਮਣੇ ਅਸਲੀਅਤ ਲੈ ਕੇ ਆਇਆ ਕਿ ਆਪਾਤਕਾਲੀਨ ਐਮਰਜੈਂਸੀ ਪੰਜਾਬ ਲੈਂਡ ਐਕੁਜ਼ੀਸ਼ਨ ਦੀ ਧਾਰਾ 17 ਕਿਉਂ ਵਰਤੀ ਗਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਸਰਕਾਰ ਨੇ ਕਿਹੜੇ ਆਪਾਤਕਾਲੀਨ ਹਾਲਾਤ ਸਨ ਉਹ ਤਾਂ ਭਲਾ ਹੋਵੇ ਸਵਰਗਵਾਸੀ ਗੁਰਚਰਨ ਸਿੰਘ ਟੌਰਾ ਹੋਣਾ ਦਾ ਉਹਨਾਂ ਨੇ 16 ਜਨਵਰੀ 2002 ਨੂੰ ਇੱਕ ਬਿਆਨ ਸਟੇਟਮੈਂਟ ਦਿੱਤਾ ਕਿਉਂਕਿ ਉਸ ਵੇਲੇ ਜਿਹੜੇ ਅਸਲ ਮਾਨਿਆਂ ਦੇ ਅਕਾਲੀ ਸੀਗੇ ਨਾ ਉਹਨਾਂ ਦਾ ਬਾਦਲ ਸਾਹਿਬ ਦੇ ਗਰਦਨ ਦੇ ਉੱਤੇ ਗੋਡਾ ਹੁੰਦਾ ਸੀ ਉਹ ਆਪਣੀ ਜੁੱਤ ਰੱਖਦੇ ਸੀ ਉਹ ਅਕਾਲੀ ਦਲ ਜਿਹਦੇ ਵਿੱਚ ਪੰਜਾਬ ਤੇ ਪੰਜਾਬੀ ਅਤੇ ਸਿੱਖਾਂ ਦੇ ਪ੍ਰਤੀਨਿਧ ਬੈਠੇ ਸਨ ਉਹਨਾਂ ਨੇ ਰੋਕਿਆ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਖਬਰਦਾਰ ਅਕਾਲੀ ਦਲ ਗਵਰਨਮੈਂਟ ਦਾ ਮੁੱਖ ਮੰਤਰੀ SYL ਦਾ ਟੱਪ ਲਾਉਣ ਵਾਸਤੇ ਨਹੀਂ ਉਹ ਬਾਦਲ ਸਾਹਿਬ ਤਾਂ ਤਿਆਰ ਬੈਠੇ ਸੀ ਆ ਮੇਰੇ ਕੋਲ ਟ੍ਰਿਬਿਊਨ ਦੇ ਵਿੱਚ 17 ਜਨਵਰੀ 2002 ਦੇ ਟ੍ਰਿਬਿਊਨ ਅਖਬਾਰ ਸਰਦਾਰ ਗੁਰਚਰਨ ਸਿੰਘ ਟੌੜਾ ਦੀ ਉਹ ਸਟੇਟਮੈਂਟ ਜਿਹਦੇ ਵਿੱਚ ਉਹਨਾਂ ਨੇ ਸਵੀਕਾਰ ਕੀਤਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਟੱਕ ਲਵਾਉਣ ਵਾਲੇ ਸਮਾਗਮ ਦੇ ਵਿੱਚ ਹਿੱਸਾ ਲੈਣ ਵਾਸਤੇ ਚੱਲੇ ਸੀ ਪਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਰੋਕਿਆ ਵਾਰਨ ਕੀਤਾ ਕਿ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਕੇ ਪਰੇ ਮਾਰਾਂਗੇ ਜੇ SYL
ਦਾ ਉਦਘਾਟਨ ਕਰਾਉਣ ਲਈ ਅਕਾਲੀ ਦਲ ਦੀ ਸਰਕਾਰ ਦਾ ਮੁੱਖ ਮੰਤਰੀ ਜਾਊਗਾ। ਇਸ ਕਰਕੇ ਜਿਹੜੇ ਕੈਪਟਨ ਤੇ ਬਾਦਲ ਹੈ ਅਸਲ ਦੇ ਵਿੱਚ ਰਲੀ ਮਿਲੀ ਖੇਡ ਹੈਗੀ, ਅਸਲ ਦੇ ਵਿੱਚ ਪੰਜਾਬ ਦੇ ਹਕੂਕ ਖਾਣ ਵਾਸਤੇ ਇਕੱਠੇ ਹੋਏ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ ਫੋਕਸ .ਪੰਜਾਬੀ, ਯੂਰ ਸਿਟੀ ਯੂਰ ਨਿਊਜ਼।